ਅਸਲਾਮ ਵਾਲੇਕੁਮ। ਅਤੇ ਰੋਜ਼ ਜੀ ਸਭ ਤੋਂ ਔਖਾ ਮਰਲਾ ਪਤਾ ਕੀ ਹੁੰਦਾ, ਅੱਜ ਕੀ ਪਕਾਈਏ। ਸਾਰੀ ਦਿਹਾੜੀ ਇਸੇ 'ਚ ਲੰਘ ਜਾਂਦੀ ਹੈ ਜੀ, ਅੱਜ ਕੀ ਪਕਾਈਏ। ਅਤੇ ਉਸ ਤੋਂ ਪਹਿਲੇ ਅਸੀਂ ਆਖਿਆ ਪਕਾਉਣ ਤੋਂ ਪਹਿਲੇ ਕੁਛ ਪੀ ਲਈਏ। ਇੱਥੇ ਮੇਰੀ ਭੈਣ ਨੇ ਬਣਾਇਆ ਸੀ ਬਦਾਮਾਂ ਵਾਲਾ ਮਿਲਕ ਸ਼ੇਕ। ਅਸੀਂ ਖੈਰ ਨਾਲ ਦੋਵੇਂ ਭੈਣਾਂ ਬੜੀਆਂ ਪਤਲੀਆਂ ਸੁੱਕੀਆਂ ਸੜੀਆਂ, ਤੁਹਾਨੂੰ ਕੀ ਦੱਸੀਏ। ਫਿਰ ਵੀ ਅਸੀਂ ਆਖਿਆ ਚਲੋ ਥੋੜ੍ਹਾ ਜਿਹਾ ਮਿਲਕ ਸ਼ੇਕ ਪੀ ਲਈਏ। ਉਸ ਤੋਂ ਬਾਅਦ ਜੀ ਮੇਰੀ ਭੈਣ ਨੇ ਨਿੱਕੇ ਨਿੱਕੇ ਕੱਦੂ ਸ਼ਰੀਫ ਕੱਟ ਕੇ ਅਤੇ ਨਾਲ ਵਿੱਚ ਚਾਰ ਕੁ ਬੋਟੀਆਂ ਪਾ ਲਈਆਂ, ਤਿੰਨ ਤਾਂ ਅਸੀਂ ਜੀਆਂ ਘਰ ਦੇ ਵਿੱਚ। ਅਤੇ ਬੜਾ ਮਜ਼ੇਦਾਰ ਜਿਹਾ ਸਾਲਣ ਬਣਾਇਆ। ਮੈਂ ਆਈ ਵੀਡੀਓ ਬਣਾਉਣ ਅਤੇ ਬੋਟੀਆਂ ਕੱਢ ਕੱਢ ਕੇ ਖਾਂਦੀ ਪਈ ਸੀ। ਖੈਰ ਜੀ ਅਸੀਂ ਮਿਡਲ ਕਲਾਸ ਲੋਕ ਹਾਂ, ਅਸੀਂ ਆਈਸਕ੍ਰੀਮ ਵਾਲਾ ਡੱਬਾ ਸੁੱਟਦੇ ਨਹੀਂ ਹੈ, ਤੁਹਾਨੂੰ ਪਤਾ ਤਾਂ ਹੈ, ਅਸੀਂ ਵਿੱਚ ਆਟਾ ਗੁੰਨ ਕੇ ਰੱਖ ਲਿਆ। ਮੈਂ ਵੇਖਿਆ ਤਾਂ ਗਲੀ ਦੇ ਵਿੱਚ ਚਾਤੀ ਮਾਰੀ ਕੋਈ ਬੰਦਾ ਨਾ ਬੰਦੇ ਦੀ ਜ਼ਾਤ। ਜਿਸ ਦਿਨ ਦੀ ਮੈਂ ਇਸ ਚੱਕ 'ਚ ਵਿਆਹ ਕੇ ਆਈ ਹਾਂ ਨਾ, ਤਾਂ ਇੱਥੋਂ ਦੇ ਲੋਕ ਹੀ ਇਹੋ ਜਿਹੇ ਨੇ। ਹੁਣ ਭਾਵੇਂ ਮੇਰੇ ਸਸੁਰਾਲ ਵਾਲੇ ਆ ਵੀਡੀਓ ਵੇਖ ਲੈਣ ਅਤੇ ਆਖਣ ਤੂੰ ਅੱਗੇ ਹੀ ਬੜੀ ਭੈੜੀ ਸੈਂ ਅਤੇ ਮਜ਼ੀਦ ਮੈਨੂੰ ਭੈੜੀ ਕਰ ਦੇਣ। ਖੈਰ ਮਲਾਈ ਪਈ ਸੀ, ਮੈਂ ਉਹਦੇ 'ਚੋਂ ਮੱਖਣ ਕੱਢ ਲਿਆ। ਕਾਫੀ ਦਿਨ ਹੋ ਗਏ ਸੀ, ਦੋ ਕੁ ਦਿਨ ਹੋ ਗਏ ਸੀ ਅਸੀਂ ਇਹਨਾਂ ਨੂੰ ਇਕੱਠਾ ਕਰਕੇ ਅਤੇ ਰੱਖਿਆ ਹੋਇਆ ਸੀ। ਮੈਂ ਕਿਹਾ ਚੱਲ ਅੱਜ ਮੈਂ ਲੱਸੀ ਬਣਾ ਦਿਆਂ। ਓਨੀ ਦੇਰ ਦੇ ਵਿੱਚ ਜੀ ਮੈਂ ਲਾਈਟ ਬੰਦ ਕੀਤੀ ਅਤੇ ਇੱਥੇ ਜਿਹੜਾ ਮੇਰਾ ਛੋਟਾ ਬੇਬੀ ਹੈ ਨਾ, ਇਹਨੂੰ ਕੋਈ ਕਾਰਟੂਨ ਪਸੰਦ ਨਹੀਂ ਆਉਂਦੇ। ਅਤੇ ਮੇਰੀ ਮਾਂ ਆਉਂਦੀ ਹੈ, ਮੇਰੀ ਧੀ ਕੋਲ ਇੰਨੇ ਕੱਪੜੇ ਨੇ ਮੈਂ ਕੱਢੇ ਹੋਏ ਸੀ ਬਾਹਰ, ਅਤੇ ਤੁਸੀਂ ਲਾ ਲਓ ਚੁਟਕੀ ਵਜਾ ਕੇ ਸਾਰੇ ਪੇਟੇ 'ਚ ਸੁੱਟਦੇ ਨੇ। ਇਹ ਚੁਟਕੀ ਸਿਰਫ ਔਰ ਸਿਰਫ ਸੋਸ਼ਲ ਮੀਡੀਆ 'ਤੇ ਹੀ ਹੈ, ਵੈਸੇ ਕੋਈ ਨਹੀਂ। ਇਹ ਚੁਟਕੀ ਬੜੀ ਮਿਹਨਤ ਦਾ ਕੰਮ ਹੈ। ਅਤੇ ਇਹ ਆਇਆ ਹੋਇਆ ਸੀ ਸ਼ੋਕ ਪੀਸ ਸਾਡੇ ਘਰ, ਮੈਂ ਸੋਚਿਆ ਇਹਨੂੰ ਲਾਉਣ ਦਾ। ਅਤੇ ਉਸ ਤੋਂ ਬਾਅਦ ਮੈਂ ਵੇਖਿਆ ਅਤੇ ਸਾਲਣ ਸਾਡਾ ਹੋ ਗਿਆ ਸੀ ਬਣ ਕੇ ਤਿਆਰ। ਅੱਲਾ ਹਾਫਿਜ਼।